ਸੁਮੋਟੋਮੋ ਲੈ ਕੇ ਆਇਆ ਗੁਲਾਬੀ ਸੁੰਡੀ ਦੇ ਲਈ ਨਵੀਂ ਤਕਨੀਕ। ਬ੍ਰਿਕਸ ਨੇ ਆਪਣੀ ਉਦਯੋਗਿਕ ਦਵਾਈ ਦੇ ਨਾਲ ਲਗਾਏ ਜਾਣਗੇ ਤੁਹਾਡੇ ਨਰਮੇ ਦੇ ਵਿੱਚ ਟਰੈਪ, ਸੇਲਜ ਹੈੱਡ ਗਗਨਪ੍ਰੀਤ ਨੇ ਦਿੱਤੀ ਜਾਣਕਾਰੀ। ਸੇਲਜ ਹੈੱਡ ਗਗਨਪ੍ਰੀਤ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਏਕੜ ਦੇ ਵਿੱਚ ਚਾਰ ਇਹ ਵੀ ਅੱਗੇ ਲਗਾਉਣ ਦੇ ਦੱਸਿਆ ਨਾਲ ਕਿ 50 ਤੋਂ 60 ਟਰੈਪ ਉਹਨਾਂ ਵੱਲੋਂ ਗੁਲਾਬੀ ਸੁੰਡੀ ਤੁਹਾਡੇ ਫਲਾਂ ਅਤੇ ਸਬਜ਼ੀਆਂ ਦੇ ਲਈ ਵੀ ਲੈਂਦੇ ਗਏ ਹਨ। ਜੋ ਤੁਹਾਡੀਆਂ ਫਲਾਂ ਅਤੇ ਸਬਜ਼ੀਆਂ 'ਤੇ ਕਿਸ ਤਰ੍ਹਾਂ ਦਾ ਕੋਈ ਸੁੰਡੀ ਦਾ ਹਮਲਾ ਹੁੰਦਾ ਤਾਂ ਇਹ ਟਰੈਪ ਦੇ ਆਪਣਾ ਲਗਾਉਣ ਦੇ ਨਾਲ ਉਹ ਵੀ ਵੱਜ ਜਾਣੀ ਆ। ਮੇਰਾ ਨਾਮ ਵੀਰ ਜੀ ਗਗਨਪ੍ਰੀਤ ਸਿੰਘ ਹੈ, ਮੈਂ ਸੁਮੀਟੋਮੋ ਦੇ ਵਿੱਚ ਕਰਦਾ ਹਾਂ। ਤੇ ਸੁਮੀਟੋਮੋ ਨੇ ਇੱਕ ਨਵੀਂ ਕੰਪਨੀ ਅਕਵਾਇਰ ਕੀਤੀ, ਉਹਨੇ ਇੱਕ ਬੈਰਿਕਸ, ਜਿਹੜੀ ਬੈਰਿਕਸ ਕੰਪਨੀ ਹੈ ਬਾਇਓਲੋਜੀਕਲ ਕੰਟਰੋਲ ਕਰਦੀ ਹੈ, ਬਾਇਓਲੋਜੀਕਲ ਕੰਟਰੋਲ ਆਫ ਪੈਸਟਸ। ਇਹਨਾਂ ਵਿੱਚ ਇਹਨਾਂ ਨੇ ਨਵਾਂ ਇੱਕ ਪ੍ਰੋਡਕਟ ਦਿੱਤਾ ਆ ਜਿਹੜਾ ਪਿੰਕ ਬੋਲਬਮ, ਗੁਲਾਬੀ ਸੁੰਡੀ, ਜਿਹੜੀ ਇਸ ਵੇਲੇ ਨੌਰਥ ਦੇ ਕਾਟਨ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ, ਉਹਦੇ ਲਈ ਇੱਕ ਨਵਾਂ ਪ੍ਰੋਡਕਟ ਦਿੱਤਾ ਹੈ ਬੈਰਿਕਸ ਕੰਟਰੋਲ ਲਈ, ਪਿੰਕ ਬੋਲਬਮ ਦੇ ਕੰਟਰੋਲ ਲਈ। ਇਹ ਬਾਇਓਲੋਜੀਕਲ ਕੰਟਰੋਲ ਹੈ। ਇਹ ਟਰੈਪ ਜਿਹੜੇ ਆਪਾਂ ਇੱਕ ਕਿੱਲੇ ਵਿੱਚ ਚਾਰ ਲਗਾਉਣੇ ਆ, ਅਤੇ ਚਾਰ ਲਗਾਉਣ ਦੇ ਬਾਅਦ ਜਿਹੜੇ ਸਾਡੇ 4 ਤੋਂ 5 ਸਪਰੇਅ ਹੁੰਦੇ ਸੀਗੇ ਗੁਲਾਬੀ ਸੁੰਡੀ ਲਈ, ਉਹ ਘੱਟ ਕੇ 1 ਜਾਂ 2 ਸਪਰੇਅ ਰਹਿ ਜਾਣਗੇ। ਇਸ ਦੇ ਨਾਲ ਹੀ ਜਿਹੜਾ ਇੱਕ ਵੈਜੀਟੇਬਲ ਫਲਾਈ ਅਤੇ ਫਰੂਟ ਫਲਾਈ ਦੇ ਲਈ ਵੀ, ਜਿਹੜੀ ਸਾਡੀ ਇੱਧਰਲੇ ਪਾਸੇ ਸਿਟਰਸ ਦੀ, ਕਿੰਨੂ ਦੀ ਸਭ ਤੋਂ ਵੱਡੀ ਬੈਲਟ ਹੈ ਨਰਮੇ ਦੇ ਵਿੱਚ, ਉਸ ਦੇ ਲਈ ਵੀ ਇੱਕ ਬਹੁਤ ਵੱਡਾ ਫਰੂਟ ਫਲਾਈ ਅਤੇ ਵੈਜੀਟੇਬਲ ਫਲਾਈ ਦਾ ਇੱਕ ਟਰੈਪ ਹੈ, ਫਿਰਮੋਨ ਟਰੈਪ ਹੈ। ਉਹ ਆਪਾਂ ਉਹ ਵੀ ਕਿੱਲੇ ਦੇ ਵਿੱਚ 4 ਲੱਗਦੇ ਨੇ, ਅਤੇ ਪੂਰਾ ਬਾਇਓਲੋਜੀਕਲ ਕੰਟਰੋਲ ਹੈ ਅਤੇ ਫਰੂਟ ਫਲਾਈ ਨੂੰ 100% ਕੰਟਰੋਲ ਕਰਦਾ। ਕਿੰਨੇ ਪਰਸੈਂਟ ਆਪਾਂ ਇਹਦੇ ਵੀ ਗੁਲਾਬੀ ਸੁੰਡੀ ਦੇ ਉੱਤੇ ਕੰਟਰੋਲ ਹੋ ਸਕਦਾ ਵੀਰ ਜੀ? ਜੇ ਆਪਾਂ ਇਹਨੇ ਟਰੈਪਸ, ਨੰਬਰ ਆਫ ਟਰੈਪਸ ਵਧਾਉਂਦੇ ਹਾਂ ਤਾਂ ਆਪਾਂ 100% ਵੀ ਕੰਟਰੋਲ ਕਰ ਸਕਦੇ ਹਾਂ। ਸਭ ਤੋਂ ਵੱਡੀ ਇਹ ਗੱਲ ਹੈ ਕਿ ਬਾਇਓਲੋਜੀਕਲ ਕੰਟਰੋਲ ਹੈ, ਜਿਹੜੀਆਂ ਸਪਰੇਅ ਆਪਾਂ 5 ਕਰ ਰਹੇ ਸੀ, ਉਹ ਸਪਰੇਅ ਘਟਾ ਕੇ 2 ਜਾਂ 3 ਰਹਿ ਜਾਣਗੇ। ਬਾਜ਼ਾਰ ਦੇ ਵਿੱਚ ਆਮ ਮਿਲ ਜੂਗੀ? ਬਾਜ਼ਾਰ ਦੇ ਵਿੱਚ ਅਗਲੇ ਮਹੀਨੇ ਤੋਂ ਆਮ ਮਿਲਿਆ ਕਰਨਾ। ਆਪਾਂ ਇਹ ਐਗਰੀਕਲਚਰ ਯੂਨੀਵਰਸਿਟੀ ਦੇ ਨਾਲ ਵੀ ਕੰਟੈਕਟ ਕਰ ਰਹੇ ਹਾਂ, ਉਹ ਵੀ ਇਹਦੇ ਉੱਪਰ ਡੈਮੋਸ ਲਗਾ ਰਹੇ ਨੇ, ਤੇ ਉਹ ਵੀ ਕਹਿ ਰਹੇ ਨੇ ਕਿ ਆਪਾਂ ਇਹਨੂੰ ਵੱਧ ਤੋਂ ਵੱਧ ਫਾਰਮਰ ਨੂੰ ਕਵਾਂਗੇ ਇਹਨੂੰ ਯੂਜ਼ ਕੀਤਾ ਜਾਵੇ, ਕਿਉਂਕਿ ਦਵਾਈਆਂ ਜਿਹੜੀਆਂ ਨੇ ਪਿੰਕ ਬੋਲ ਬਾਮ ਲਈ ਰੈਜ਼ਿਸਟੈਂਸ ਪੈਦਾ ਹੁੰਦੀ ਜਾ ਰਹੀ ਹੈ, ਉਹ ਦਵਾਈਆਂ ਅਸਰ ਨਹੀਂ ਕਰ ਰਹੀਆਂ। ਇਸ ਟਾਈਮ 'ਤੇ ਜਿਹੜੀ ਹੈ ਜਿਹੜਾ ਟਰੈਪ ਹੈ, ਫਿਰਮੋਨ ਟਰੈਪ ਹੈ, ਇਹ ਐਡਾ ਵਧੀਆ ਕੰਮ ਕਰ ਰਿਹਾ ਕਿ ਉਹਨੂੰ ਸਾਰੇ ਸਾਰੀ ਜਿਹੜੀ ਵੀ ਪਿੰਕ ਬੋਲ ਬਾਮ ਦਾ ਅਡਲਟ ਹੁੰਦਾ ਇਹਨੂੰ ਕੈਚ ਕਰ ਲੈਂਦਾ, ਉਸ ਤੋਂ ਬਾਅਦ ਇਹਦੀ ਜਿਹੜੀ ਪਾਪੂਲੇਸ਼ਨ ਆ ਆਟੋਮੈਟਿਕਲੀ ਘੱਟ ਜਾਂਦੀ।